ਸੋ ਗੱਲ ਕੈਨੇਡਾ ਸਟੱਡੀ ਵੀਜ਼ਾ ਦੀ ਕਰੀਏ ਤਾਂ ਜਿਸ ਤਰੀਕੇ ਨਾਲ ਜੋ ਚੇਂਜਿਸ ਆਏ ਨੇ ਉਸ ਤੋਂ ਬਾਅਦ ਹੁਣ ਅਪਡੇਟ ਲੈਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੇ ਰੂਲਸ ਅਪਡੇਟ ਹੋਏ ਨੇ ਉਸ ਤੋਂ ਬਾਅਦ ਹੁਣ ਕੀ ਸਟੂਡੈਂਟਸ ਨੂੰ ਆਪਣੇ ਮਾਇੰਡ ਵਿੱਚ ਰੱਖ ਕੇ ਜ਼ਰੂਰ ਚੱਲਣਾ ਚਾਹੀਦਾ। ਅਗਰ ਆਪਾਂ ਗੱਲ 31 ਮਾਰਚ ਵਾਲੀ ਡੈਡਲਾਈਨ ਦੀ ਵੀ ਕਰ ਲਈਏ ਤਾਂ ਹਾਲਾਂਕਿ ਸਮਾਂ ਬਹੁਤ ਘੱਟ ਵਿੱਚ ਰਹਿ ਗਿਆ ਅਤੇ ਉਸਨੂੰ ਲੈ ਕੇ ਵੀ ਹੁਣ ਸਟੂਡੈਂਟਸ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ, ਇਸ ਉੱਪਰ ਬੜੇ ਹੀ ਸਾਫ਼ ਤਰੀਕੇ ਨਾਲ 1-1 ਪੁਆਇੰਟ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਜ਼ਰੀਏ ਅਸੀਂ ਸਾਂਝਾ ਕਰਨ ਜਾ ਰਹੇ ਹਾਂ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਚੋਪੜਾ ਕੰਸਲਟੈਂਸੀ ਤੋਂ ਅਬਰਾਡ ਐਜੂਕੇਸ਼ਨ ਐਡਵਾਈਜ਼ਰ ਮਿਸਟਰ ਉਦਿਤ ਚੋਪੜਾ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ। ਸੋ ਉਦਿਤ ਜੀ, ਜ਼ਰੂਰ ਜਿਵੇਂ ਕਿ ਮੈਂ ਸ਼ੁਰੂਆਤ ਵਿੱਚ ਹੀ ਗੱਲ ਕੈਨੇਡਾ ਦੇ ਅਪਡੇਟਸ ਹੀ ਕਰ ਰਹੀ ਹਾਂ ਔਰ 31 ਮਾਰਚ ਦੀ ਡੈਡਲਾਈਨ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਇਹਨਾਂ ਸਭ ਸਥਿਤੀਆਂ ਨੂੰ ਵੇਖਦੇ ਹੋਇਆ, ਅਪਡੇਟਸ ਨੂੰ ਦੇਖਦਿਆਂ ਹੋਇਆ, ਡੈਡਲਾਈਨ ਦੀ ਵੀ ਗੱਲ ਜੇਕਰ ਆਪਾਂ ਨਾਲ ਕਰੀਏ ਤਾਂ ਸਟੂਡੈਂਟਸ ਨੂੰ ਤੁਸੀਂ ਕੀ ਗਾਈਡ ਕਰਨਾ ਚਾਹੋਗੇ, ਕਿਹੜੀਆਂ ਗੱਲਾਂ ਦਾ ਧਿਆਨ ਇੱਥੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਟੂਡੈਂਟਸ ਦੇ ਲਈ? ਮੈਮ, ਜਿਹੜੀ ਕਿ ਸਾਡਾ ਇੱਕ ਬੱਚੇ ਨੂੰ ਈਗਰਨੈਸ ਹੈਗੀ ਹੈ, ਕੰਸਲਟੈਂਟ ਨੂੰ ਈਗਰਨੈਸ ਹੈਗੀ ਹੈ ਕਿ ਬਈ ਕਦ ਅਪਡੇਟਸ ਆਉਣਗੇ ਓਨਟੈਰੀਓ ਵੱਲੋਂ, ਬਿਕੋਜ਼ ਓਬਵੀਅਸਲੀ 60% ਅਪਡੇਟਸ ਤਾਂ ਆ ਹੀ ਚੁੱਕੀ ਹੈ। ਅਸੀਂ ਪੁਰਾਣੀ ਵੀਡੀਓ 'ਚ ਵੀ ਇਹੀ ਕਿਹਾ ਕਿ ਵੈਂਕੂਵਰ ਤੋਂ, ਐਲਬਰਟਾ ਤੋਂ ਉਹਨਾਂ ਨੇ ਅਟੈਸਟੇਸ਼ਨ ਲੈਟਰ ਦੇਣੀ ਸ਼ੁਰੂ ਕਰਤੀ ਹੈ। ਸੋ ਮੈਨੀਟੋਬਾ ਨੇ ਵੀ ਹੁਣ ਸ਼ੁਰੂ ਕਰਤੀ ਹੈ 2 ਦਿਨ ਪਹਿਲਾਂ। ਸਿਰਫ ਓਨਟੈਰੀਓ ਨੇ ਹੀ ਆਪਣਾ ਜਿਹੜਾ ਹੈਗਾ ਕਿ ਸਭ ਤੋਂ ਵੱਡੀ ਜਿਹੜੀ ਓਨਟੈਰੀਓ ਪ੍ਰੋਵਿੰਸ ਹੈਗੀ ਹੈ, ਜਿਹੜੇ ਸਾਡੇ ਸਭ ਤੋਂ ਜ਼ਿਆਦਾ ਪੰਜਾਬੀ ਜਿਹੜੇ ਚਾਹਤੀ ਇੱਥੇ ਜਾਣਾ ਪਸੰਦ ਕਰਦੇ ਹੈ, ਉੱਥੇ ਹੀ ਸਭ ਸਿਰਫ ਪੈਂਡਿੰਗ ਰਹਿ ਗਿਆ। ਸੋ ਤੁਸੀਂ ਲਾ ਸਕਦੇ ਹੋ ਕਿ 60% ਇਜ਼ ਆਲਰੇਡੀ ਬੀਨ ਕਵਰਡ ਬਾਏ, ਯੂਨੋ ਅਟੈਸਟੇਸ਼ਨ ਲੈਟਰ ਉੱਥੇ ਪ੍ਰੋਵਾਈਡ ਹੋਣੀ ਸ਼ੁਰੂ ਹੋ ਚੁੱਕੀ ਹੈ। ਰਾਈਟ ਨਾਓ ਸਿਰਫ ਇਹੀ ਪ੍ਰੋਸੈਸ ਹੈਗਾ, ਐਵਰੀਥਿੰਗ ਇਜ਼ ਸੇਮ, ਕਿਤੇ ਕਨਫਿਊਜ਼ ਨਹੀਂ ਹੋਣਾ ਆਪਾਂ। ਜੋ ਵੀ ਬੇਸਿਕਲੀ ਬੱਚਾ ਹੁਣ ਫੀਸ ਭਰ ਰਿਹਾ ਆਪਣਾ ਕਾਲਜ ਦੀ ਜਾਂ ਯੂਨੀਵਰਸਿਟੀ ਦੀ, ਆਪਣੀ ਈਮੇਲ ਚੈੱਕ ਕਰਦਾ ਰਹੇ, ਆਪਣੀ ਈਮੇਲ ਚੈੱਕ ਕਰੇਗਾ ਅਟੈਸਟੇਸ਼ਨ ਲੈਟਰ ਦੀ, ਉਹਨੂੰ ਮੇਲ ਆਏਗੀ, ਅਟੈਸਟੇਸ਼ਨ ਲੈਟਰ ਭਰੇਗਾ ਅਤੇ ਉਸ ਤੋਂ ਬਾਅਦ ਉਹਨੂੰ ਬੇਸਿਕਲੀ ਉਹ ਜਿਹੜੇ ਅਟੈਸਟੇਸ਼ਨ ਲੈਟਰ ਹੈਗੀ ਹੈ ਦੈਟ ਵਿਲ ਐਕਚੁਲੀ ਗੋ ਟੂ ਦਾ ਇਮੀਗ੍ਰੇਸ਼ਨ, ਉੱਥੇ ਫਾਈਲਿੰਗ ਵਿੱਚੋਂ ਚੀਜ਼ ਕੰਮ ਆਏਗੀ। ਸੋ ਇਹ ਤੁਹਾਡੀ ਜਿਹੜੀ ਚੀਜ਼ ਹੈਗੀ ਹੈ ਫੀਸ ਭਰਨ ਤੋਂ ਬਾਅਦ ਹੋਏਗੀ। GIC ਭਰ ਲਓ, ਫੀਸ ਭਰ ਲਓ, ਹਫ਼ਤੇ 10 ਦਿਨ ਬਾਅਦ ਤੁਹਾਨੂੰ ਅਟੈਸਟੇਸ਼ਨ ਲੈਟਰ ਮਿਲੇਗੀ ਐਂਡ ਦੈਨ ਯੂ ਵਿਲ ਬੀ ਯੂਨੋ ਗਿਵਨ ਦਾ ਵੀਜ਼ਾ। ਚੰਗੀ ਗੱਲ ਇਹ ਹੈਗੀ ਹੈ, ਕਾਫੀ ਯੂਨੋ ਇਮੀਗ੍ਰੇਸ਼ਨ 'ਚ ਵੀ ਸਾਡੀ ਗੱਲ ਹੋ ਰਹੀ ਹੈ, ਦੇ ਵਿਲ ਬੀ ਗਰੰਟਿੰਗ ਮੋਰ ਦੈਨ 70%, ਸੋ 70% ਸਕਸੈਸ ਰੇਟ, 10 ਚੋਂ 7 ਵੀਜ਼ੇ ਇਹਨਾਂ ਨੇ ਦੇਣੇ ਹੀ ਦੇਣੇ ਹੈ। ਸੋ ਇਹ ਚੀਜ਼ ਮੈਂ ਸੋਚ ਰਿਹਾ ਸੀ ਕਿ ਵੀ ਜਿਹਨੂੰ PAL ਮਿਲੇਗੀ, ਬਿਕੋਜ਼ ਇਹ ਚੰਗੇ ਕੇਸਿਸ ਦੇ ਉੱਤੇ ਹੀ ਬੇਸਿਕਲੀ ਕਾਲਜ ਤੁਹਾਨੂੰ ਹੁਣ PAL ਦੇਗਾ ਜਾਂ ਫੀਸ ਭਰਵਾਏਗਾ। ਹੋ ਸਕਦਾ ਆਉਣ ਵਾਲੇ ਟਾਈਮ 'ਚ ਇਹੋ ਜਿਹਾ ਵੀ ਹੋ ਜਾਏ ਕਿ ਕਾਲਜ ਆਪਣੀ IELTS ਦੀ ਰਿਕੁਆਇਰਮੈਂਟ ਵਧਾ ਦੇ ਜਾਂ PT ਦੀ ਰਿਕੁਆਇਰਮੈਂਟ ਵਧਾ ਦੇ, ਬਿਕੋਜ਼ ਹਰੇਕ ਨੂੰ ਜਿਹੜਾ ਕੋਟਾ ਮਿਲਿਆ ਉਹ ਘੱਟ ਹੀ ਮਿਲਿਆ। ਸੋ ਇਹ ਵੀ ਕੋਈ ਵੱਡੀ ਚੀਜ਼ ਦੇਖਣ ਨੂੰ ਨਹੀਂ ਮਿਲੇਗੀ। ਜੇ ਹੋ ਸਕਦਾ ਕਿ ਵੀ ਮਾਸਟਰਸ ਦੇ ਬੱਚੇ ਜੋ ਪਹਿਲਾਂ ਚੱਲਦਾ ਸੀਗਾ 6.5 ਬੈਂਡ ਚਾਹੀਦੇ ਹੈ, ਉਹ ਚੀਜ਼ ਦੁਬਾਰਾ ਲਾਗੂ ਹੋ ਜੇ। ਇਮੀਗ੍ਰੇਸ਼ਨ ਭਾਵੇਂ ਉਹ ਚੀਜ਼ ਨਾ ਸ਼ਿਫਟ ਕਰੇ, ਬਟ ਕਾਲਜ ਦੀ ਹੋ ਸਕਦਾ, ਕਾਲਜ ਆਪਣੀ ਰੈਪੂਟੇਸ਼ਨ ਬੇਸਿਕਲੀ ਦਾਵ 'ਤੇ ਕਿਉਂ ਲਗਾਏਗਾ? ਉਹ ਕਹੇਗਾ ਕਿ ਮੈਨੂੰ ਵੱਧ ਤੋਂ ਵੱਧ ਚੰਗੇ ਬੱਚੇ ਚਾਹੀਦੇ ਆ ਜਿਹਦੇ ਵਿੱਚ ਮੈਂ ਆਪਣਾ ਜਿਹੜਾ ਆਪਣਾ ਸਕਸੈਸ ਰੇਟ ਹੈਗਾ ਉਹ ਮੈਕਸੀਮਮ ਰੱਖਾਂ। ਸਕਸੈਸ ਰੇਟ ਮੈਕਸੀਮਮ ਰੱਖਾਂ ਇਜ਼ 1 ਪੁਆਇੰਟ, ਬੱਚੇ ਪੜ੍ਹਨ ਵੀ ਇਹ ਦੂਜਾ ਪੁਆਇੰਟ ਵੀ ਹੈਗਾ ਮੈਡਮ, ਕਿਉਂਕਿ ਪੜ੍ਹਨ ਵਾਲਾ ਪੁਆਇੰਟ ਜਿਹੜਾ ਹੈਗਾ ਉਹ ਆਪਾਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਬੱਚੇ ਨੂੰ ਪੜ੍ਹਨਾ ਵੀ ਬਹੁਤ ਜ਼ਰੂਰੀ ਹੈਗਾ, ਤਾਂ ਹੀ ਇੱਕ ਕਾਲਜ ਦੀ ਜਿਹੜੀ ਹੈਗੀ ਹੈ ਪੂਰੇ ਸਾਲ ਕਿੰਨੇ ਬੱਚੇ ਐਡਮਿਸ਼ਨ ਲਿੱਤੀ ਉਹਨਾਂ ਨੇ ਅਤੇ ਕਿੰਨੇ ਬੱਚਿਆਂ ਨੇ ਡਰੋਪ ਆਊਟ ਕੀਤਾ, ਇਹ ਸਾਰਾ ਡਾਟਾ ਇਮੀਗ੍ਰੇਸ਼ਨ ਕੋਲ ਜਾਏਗਾ ਅਤੇ ਉਹਦੇ ਬੇਸ 'ਤੇ ਉਹ ਡਿਸਾਈਡ ਕਰਨਗੇ ਕਿ ਇਹ ਕਾਲਜ ਨੂੰ ਅੱਗੇ ਲਾਇਸੈਂਸ ਦੇਣਾ ਚਾਹੀਦਾ ਜਾਂ DLIS ਜਿਹਨੂੰ ਆਪਾਂ ਕਹਿੰਦੇ ਹਾਂ ਦੇਣਾ ਚਾਹੀਦਾ ਜਾਂ ਉਹਨੂੰ DLI ਰਿਵੋਕ ਕਰਨਾ ਚਾਹੀਦਾ। ਬਿਕੋਜ਼ ਰਾਈਟ ਨਾਓ ਥਿੰਗਸ
ਆਰ ਵੈਰੀ 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 ਸਟ੍ਰਿਕਟ ਫੋਰ ਕੈਨੇਡਾ, ਜਾਂ ਫਿਰ ਆਪਾਂ ਕਿਸੇ ਹੋਰ ਮੁਲਕ ਦੀ ਵੀ ਗੱਲ ਕਰ ਲਈਏ, ਸਾਰੇ ਸਟ੍ਰਿਕਟਨੈਸ ਵੱਲ ਹੈਗੇ ਆ। ਉਹਨਾਂ ਨੂੰ ਪੜ੍ਹਾਈ ਚਾਹੀਦੀ ਹੈ, ਸਿੰਪਲ ਪੜ੍ਹਾਈ, ਪੂਰੀ ਪੜ੍ਹਾਈ ਚਾਹੀਦੀ ਹੈ ਅਤੇ ਕੰਪਲੀਸ਼ਨ ਆਫ ਐਜੂਕੇਸ਼ਨ ਚਾਹੀਦੀ ਹੈ, ਤਾਂ ਹੀ ਉਹ ਸਾਡੇ ਸਾਡੇ ਬੰਦਿਆਂ ਨੂੰ ਅਤੇ ਰਿਸਪੈਕਟ ਕਰਨਗੇ, ਜਾਂ ਜਿਹੜੀ ਐਂਡ 'ਚ ਆਪਾਂ ਕਹਿੰਦੇ ਹਾਂ ਵੀ ਪੱਕੇ ਹੋ ਸਕਦੇ ਆ, ਤਾਂ ਹੀ ਆਪਾਂ ਸੋਚ ਸਕਦੇ ਕਿ ਪੱਕੇ ਵੀ ਸਾਡੇ ਬੱਚੇ ਹੋਣਗੇ। ਜੀ ਸੋ ਉਦੇ ਜੀ, ਜਿਵੇਂ ਕਿ ਪੱਕੇ ਹੋਣ ਦੀ ਤੁਸੀਂ ਗੱਲ ਕੀਤੀ ਹੈ, ਪਹਿਲਾਂ ਤਾਂ ਹਰੇਕ ਦੇ ਮਨ ਵਿੱਚ ਇਹੀ ਹੁੰਦਾ ਸੀ ਕਿ ਬਸ ਅਸੀਂ ਇੱਕ ਵਾਰੀ ਵੀਜ਼ਾ ਲੱਗੇਗਾ ਅਤੇ ਉਸ ਤੋਂ ਬਾਅਦ ਅਸੀਂ ਬੜੀ ਜਲਦੀ ਕੈਨੇਡਾ ਪੱਕੇ ਹੋ ਜਾਵਾਂਗੇ। ਪਰ ਅੱਜ ਦੇ ਸਮੇਂ ਵਿੱਚ ਤਾਂ ਬਹੁਤ ਵੱਡਾ ਜਿਹੜਾ ਕੁਐਸਚਨ ਮਾਰਕ ਬਣਿਆ ਹੋਇਆ ਕਿ ਵੀਜ਼ਾ ਕਿਹਨੂੰ ਮਿਲੇਗਾ ਜਾਂ ਨਹੀਂ ਮਿਲੇਗਾ। ਸੋ ਇਹਨਾਂ ਸਭ ਚੀਜ਼ਾਂ ਨੂੰ ਵੇਖਦਿਆਂ ਹੋਇਆ ਤੁਸੀਂ ਇੱਥੇ ਪ੍ਰੋਫਾਈਲ ਵਾਈਜ਼ ਥੋੜ੍ਹਾ ਜਿਹਾ ਅਗਰ ਸਟੂਡੈਂਟਸ ਨੂੰ ਸੁਜੈਸਟ ਕਰਨਾ ਚਾਹੋ, ਅਗਰ ਆਪਾਂ ਨਾਲ ਹੀ ਇਨਟੇਕ ਦੀ ਵੀ ਗੱਲ ਸਾਂਝੀ ਕਰੀਏ, ਸੋ ਪਹਿਲਾਂ ਪ੍ਰੋਫਾਈਲ ਦੇ ਉੱਪਰ ਜ਼ਰੂਰ ਗੱਲ ਕਰਨਾ। ਕਿਸ ਤਰ੍ਹਾਂ ਦੀ ਪ੍ਰੋਫਾਈਲ ਹੁਣ ਲੱਗਦਾ ਕਿ ਇੱਕ ਚੰਗੇ ਚਾਂਸਿਸ ਜਿਸ ਤਰ੍ਹਾਂ ਦੀ ਪ੍ਰੋਫਾਈਲ ਦੇ ਲੱਗਦੇ ਨੇ, ਕਿਉਂਕਿ ਪਹਿਲਾਂ ਕਈ ਤਰ੍ਹਾਂ ਦੀ ਆਪਸ਼ਨਸ ਹੁੰਦੀਆਂ ਸੀ ਔਰ ਬੜਾ ਲੀਨੀਅੰਟ ਜੋ ਹੈ ਪ੍ਰੋਸੈਸ ਦਿਖ ਰਿਹਾ ਸੀ ਕੈਨੇਡਾ ਦਾ, ਵੀਜ਼ਾ ਸਕਸੈਸ ਰੇਟ ਬਹੁਤ ਚੰਗਾ ਰਹਿ ਰਿਹਾ ਸੀ। ਹੁਣ ਅੱਗੋਂ ਵੀਜ਼ਾ ਸਕਸੈਸ ਰੇਟ ਕਿਵੇਂ ਦਾ ਰਹਿਣ ਵਾਲਾ? ਮੈਮ ਦੇਖੋ, ਚੰਗੇ ਪ੍ਰੋਫਾਈਲਾਂ ਦਾ ਜਿਵੇਂ ਆਸਟ੍ਰੇਲੀਆ ਦੀ ਆਪਾਂ ਗੱਲ ਕਰਦੇ, ਚੰਗੇ ਪ੍ਰੋਫਾਈਲਾਂ 'ਚ ਚੰਗੇ ਵੀਜ਼ੇ ਆਉਣੇ ਆ, ਇਹ ਜਿਹਾ ਆਪਣਾ ਕੈਨੇਡਾ 'ਚ ਤੁੱਕੇ ਵਾਲਾ ਕੰਮ ਬਹੁਤ ਚੱਲਦਾ ਸੀਗਾ ਕਿ ਆਪਾਂ ਇੱਕ ਕੰਸਲਟੈਂਟ ਕਹਿ ਰਹੇ 40% 'ਤੇ ਵੀਜ਼ਾ ਆਇਆ, 8 ਵਾਰ ਰਿਵਿਊਜ਼ਲ 'ਤੇ ਵੀਜ਼ਾ ਆਇਆ। ਇਹ ਜਿਹੜੀ ਚੀਜ਼ਾਂ ਹੈਗੀਆਂ ਨਾ, ਇਹ ਦੁਬਾਰਾ ਨਹੀਂ ਹੋਣੀ ਹੈ, ਬਿਕੋਜ਼ ਇੰਨੀ ਅਟੈਸਟੇਸ਼ਨ ਲੈਟਰ ਇੰਨੀ ਤੁਸੀਂ ਰੀਫਾਈਲਿੰਗ ਕਰ ਹੀ ਨਹੀਂ ਸਕਦੇ ਹੋਣੇ ਦੁਬਾਰਾ ਬੱਚੇ ਦੀ, ਬਿਕੋਜ਼ ਇੱਕ ਜਿਹੜਾ ਇੱਕ ਵਾਰ ਰਿਫਿਊਜ਼ ਹੋ ਗਿਆ, ਉਸ ਤੋਂ ਬਾਅਦ ਤੁਸੀਂ ਇੱਕ ਵਾਰ ਹੀ ਦੁਬਾਰਾ ਰੀਫਾਈਲ ਕਰ ਸਕਦੇ, ਉਸ ਤੋਂ ਬਾਅਦ ਤੁਸੀਂ ਦੁਬਾਰਾ ਰੀਫਾਈਲਿੰਗ ਨਹੀਂ ਕਰ ਸਕਦੇ। ਸੋ ਆਈ ਮੀਨ ਕਿ ਜਦ ਉਹਨਾਂ ਨੇ ਵੀਜ਼ਾ ਦੇਣਾ ਦੁਬਾਰਾ, ਤਾਂ ਉਹਨਾਂ ਨੇ ਪਹਿਲੇ ਕੋਚ ਦੇ ਦੇਣਾ, ਬਿਕੋਜ਼ ਮਾਰਕਸ ਚੇਂਜ ਨਹੀਂ ਹੋ ਸਕਦੇ, ਲੋਟ ਆਫ ਥਿੰਗਸ ਕੈਨ ਨੋਟ ਬੀ ਚੇਂਜ, ਤੁਹਾਡਾ ਗੈਪ ਚੇਂਜ ਨਹੀਂ ਹੋ ਸਕਦਾ। ਸੋ ਨਾਓ ਕੈਨੇਡਾ ਇਜ਼ ਨੋਟ ਕਿ ਬਈ ਜਿੱਥੇ ਜਿਹਦਾ ਕੋਈ ਵੀ ਨਹੀਂ ਹੈਗਾ ਉਹਦਾ ਕੈਨੇਡਾ ਹੈਗਾ, ਇਹ ਜਿਹੜਾ ਮਾਇੰਡਸੈਟ ਹੈਗਾ ਦਿਮਾਗ 'ਚੋਂ ਕੱਢਣਾ ਪੈਣਾ, ਬਿਕੋਜ਼ ਜਿਹੜੇ ਵੀ ਬੱਚੇ ਹੁਣ ਜਾ ਰਹੇ ਹੈ, ਲਿਮਿਟਿਡ ਸੀਟਸ ਹੈਗੀਆਂ ਕਾਲਜ ਕੋਲ, ਕਾਲਜ ਆਪਣੇ ਟੈਸਟੇਸ਼ਨ ਲੈਟਰ ਨੂੰ ਖਰਾਬ ਨਹੀਂ ਕਰੇਗਾ। ਜੇ ਉਹਨਾਂ ਨੇ 100 ਟੈਸਟੇਸ਼ਨ ਲੈਟਰ ਦੇਣੀ ਹੈ, ਤਾਂ ਇਹ ਵੀ ਸੋਚ ਕੇ ਚੱਲਣਗੇ ਕਿ ਸਾਡੇ 80 ਵੀਜ਼ਾ ਆਉਣ। 80 ਵੀਜ਼ਾ ਆਉਣ ਦਾ ਮਤਲਬ ਇਹ ਹੈ ਕਿ ਦੇ ਹੈਵ ਟੂ ਕੰਪੀਟ ਵਿਦ ਇਮੀਗ੍ਰੇਸ਼ਨ, ਇਮੀਗ੍ਰੇਸ਼ਨ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ, ਉਹ ਰਿਕੁਆਇਰਮੈਂਟ ਮੰਗਦੇ 6 ਬੈਂਡ ਓਵਰਆਲ, ਜਾਂ 50%, 60%, ਉਹ ਪਰਸੈਂਟੇਜ ਦਾ ਉਹਨਾਂ ਦਾ ਕੋਈ ਕ੍ਰਾਈਟੀਰੀਆ ਨਹੀਂ ਹੈ, ਬਟ ਉਹ ਕਾਲਜ ਜ਼ਰੂਰ ਕਹੇਗਾ ਕਿ ਸਾਡੀ ਜਿਹੜੀ ਕ੍ਰਾਈਟੀਰੀਆ ਹੋਣ ਉਹ 60% ਦੇ ਉੱਤੇ ਹੋਣ। ਹਲੇ ਨਹੀਂ ਹੈਗਾ, ਬਟ ਹੋ ਸਕਦਾ ਸੈਪਟੈਂਬਰ ਇੰਟੇਜ ਆਪਣੀ ਉਹ ਰਿਕੁਆਇਰਮੈਂਟ ਵੀ ਵਧਾ ਦੇਣ, ਬਿਕੋਜ਼ ਕਾਲਜ ਦੇ ਕਾਲਜ ਨੂੰ ਵੀ ਅੱਜ ਦੀ ਡੇਟ 'ਚ ਬਹੁਤ ਡਰ ਹੈਗਾ, ਬਿਕੋਜ਼ ਜਿੱਦਾਂ PPP ਕਾਲਜ ਨੂੰ ਆਪਣਾ ਲਾਇਸੈਂਸ ਕੈਂਸਲ ਕੀਤੇ ਗਏ, ਜਾਂ ਪ੍ਰਾਈਵੇਟ ਕਾਲਜਿਸ ਜੋ ਵੀ ਹਾਲ ਹੋਇਆ, ਆਈ ਥਿੰਕ ਅਗਲਾ ਜਿਹੜਾ ਵਾਰ ਹੈਗਾ ਹੋ ਸਕਦਾ ਪਬਲਿਕ ਕਾਲਜ ਦੇ ਵੀ ਹੋਏ, ਇਫ ਦੇ ਵਿਲ ਨੋਟ ਫੋਲੋ ਦਾ ਰੂਲਸ ਐਂਡ ਰੈਗੂਲੇਸ਼ਨਸ ਪ੍ਰੋਪਰਲੀ। ਚੰਗੇ ਚੱਲਾਂਗੇ, ਉਹ ਵੀ ਸਾਡੀ ਇੱਜ਼ਤ ਕਰਨਗੇ, ਬਿਕੋਜ਼ ਸਾਡੀ ਜਿਹੜੀ ਉਹਨਾਂ ਦੀ ਇਕੋਨਮੀ ਹੈਗੀ ਹੈ ਸਾਡੇ ਉੱਤੇ ਡਿਪੈਂਡੈਂਟ ਹੈਗੀ ਹੈ। ਮਿਸਯੂਜ਼ ਕਰਾਂਗੇ ਤਾਂ ਉਹਦਾ ਕੋਈ ਹੱਲ ਨਹੀਂ ਹੈਗਾ, ਬਿਕੋਜ਼ ਪਹਿਲਾਂ ਮੈਡਮ ਕੀ ਹੁੰਦਾ ਸੀਗਾ, ਬੱਚਾ ਕਹਿੰਦਾ ਸੀਗਾ ਮੈਂ ਇੰਨੇ ਪੈਸੇ ਕਿਉਂ ਖਰਾਬ ਕਰਾਂ, ਮੈਂ ਵਰਕ ਪਰਮਿਟ ਲੈ ਲੈਂਦਾ, ਮੈਂ ਟਰੱਕ 'ਤੇ ਚੱਲ ਜਾਂਦਾ, ਸਭ ਕੁਝ ਹੋਇਆ, ਬਿਕੋਜ਼ ਅਸੀਂ ਉਹਨਾਂ ਨੂੰ ਰਾਹ ਦਿੱਤਾ, ਲੂਪ ਹੋਲਸ ਪੈਦਾ ਹੋਏ, ਉਹਨਾਂ ਨੇ ਲੂਪ ਹੋਲ 'ਤੇ ਨੂੰ ਕਵਰ ਕਰਨਾ ਸ਼ੁਰੂ ਕਰਤਾ, ਚੀਜ਼ਾਂ ਕਵਰ ਹੀ ਹੋਈਆਂ। ਜਿਹੜਾ ਬੇਸਿਕਲੀ ਸਟੂਡੈਂਟ 'ਤੇ ਜਾ ਰਿਹਾ ਸੀ ਬੱਚਾ, ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਇਮੀਗ੍ਰੇਸ਼ਨ ਨੂੰ ਕਿ ਬੱਚਾ ਆਪਣਾ ਸਟੇਟਸ ਚੇਂਜ ਕਰਵਾ ਰਿਹਾ ਅਤੇ ਕਿਉਂ ਕਰਵਾ ਰਿਹਾ। ਜਿਹਨੇ $1,000 ਅਸੀਂ ਕਾਲਜ ਦੀ ਪੜ੍ਹਾਈ ਦੇਣੀ ਸੀ, ਬੱਚਾ ਕਹਿੰਦਾ ਨਹੀਂ ਮੈਂ ਅੱਗੇ ਨਾ LMIA ਲੈ ਲੈਂਦਾ, $20,000, $25,000, $30,000, $40,000, ਇਹ ਰੇਟ ਚੱਲਦਾ ਸੀਗਾ, ਠੀਕ ਹੈ, ਡੰਮੀ ਪੇਰੋਲ ਚੱਲਦੇ ਸੀਗੇ। ਇਹ ਸਾਰੀਆਂ ਚੀਜ਼ਾਂ ਹੁਣ ਬੇਸਿਕਲੀ ਖਤਮ ਹੋਣੀ ਚਾਹੀਦੀਆਂ, ਖਤਮ ਹੋ ਵੀ ਰਹੀ ਹੈ, ਬਿਕੋਜ਼ ਉਹਨਾਂ ਦਾ ਸਟੇਟਸ ਹੁਣ ਚੇਂਜ ਨਹੀਂ ਹੋਏਗਾ, ਬਿਕੋਜ਼ ਦੇ ਵਿਲ ਬੀ ਵੈਰੀ ਸਟ੍ਰਿਕਟ ਕਿ ਜਿਹੜੀ ਪੜ੍ਹਾਈ ਖਤਮ ਨਹੀਂ ਹੋਏਗੀ ਉਹਨਾਂ 'ਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਏਗਾ ਫਰੋਮ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ। ਸੋ ਸਟੂਡੈਂਟ ਪੁਆਇੰਟ ਆਫ ਵਿਊ ਨਾਲ ਸਟੂਡੈਂਟ ਵੀਜ਼ਾ 'ਤੇ
ਪੋਜ਼ੀਟਿਵ ਕੰਮ ਕਰੋ। ਜਿਹੜਾ ਬੱਚਾ ਹੁਣ ਵਰਕ 'ਤੇ ਜਾ ਰਿਹਾ ਉਹ ਮਾਇੰਡਸੈਟ ਹੀ ਆਪਣਾ ਇੱਥੋਂ ਫਿਰ ਵਰਕ ਦਾ ਲੈ ਕੇ ਜਾਏ। ਸੋ ਮਾਇੰਡ ਨੂੰ ਚੇਂਜ ਕਰੋਗੇ, ਦੈਟ ਇਜ਼ ਵੇਅਰ ਤੁਹਾਡਾ ਇਮੀਗ੍ਰੇਸ਼ਨ 'ਤੇ ਵੀ ਹਰ ਆਪਣਾ ਪਾਸ ਆਪਣਾ ਜਿਹੜਾ ਤੁਸੀਂ ਗਏ ਹੋ ਵੀਜ਼ਾ ਸਟੇਟਸ ਦੇ ਉੱਤੇ ਉੱਥੇ ਵੀ ਹਾਰਮ ਥੋੜ੍ਹਾ ਹੋ ਸਕਦਾ ਤੁਹਾਨੂੰ। ਬਿਲਕੁਲ ਬਿਲਕੁਲ। ਸੋ ਹੁਣ ਤੁਹਾਨੂੰ ਕੈਨੇਡਾ ਨੂੰ ਵੀ ਇੰਨਾ ਜ਼ਿਆਦਾ ਈਜ਼ੀਲੀ ਨਹੀਂ ਲੈਣਾ ਚਾਹੀਦਾ। ਸੋ ਸਟੂਡੈਂਟਸ ਨੂੰ ਬਹੁਤ ਸਾਰੀ ਗੱਲਾਂ 'ਤੇ ਗੌਰ ਕਰਨਾ ਚਾਹੀਦਾ, ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਹੀ ਅੱਗੇ ਵਧਣਾ ਚਾਹੀਦਾ, ਜੋ ਤੁਹਾਡੀ ਪ੍ਰੋਫਾਈਲ ਦੀ ਅਸੈਸਮੈਂਟ ਦੇ ਨਾਲ ਤੁਹਾਨੂੰ ਰਾਈਟ ਆਪਸ਼ਨਸ ਰਾਈਟ ਸਮੇਂ 'ਤੇ ਗਾਈਡ ਕਰਨ, ਤਾਂ ਕਿ ਤੁਸੀਂ ਟਾਈਮਲੀ ਆਪਣਾ ਪੂਰਾ ਪ੍ਰੋਸੈਸ ਕੰਪਲੀਟ ਕਰ ਸਕੋ ਚੰਗੀਆਂ ਆਪਸ਼ਨਸ ਦੇ ਨਾਲ। ਕੋਈ ਸਵਾਲ ਹੈ, ਕੋਈ ਡਾਊਟ ਹੈ, ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਚੋਪੜਾ ਕੰਸਲਟੈਂਸੀ ਤੋਂ ਸਹੀ ਗਾਈਡੈਂਸ ਜ਼ਰੂਰ ਲੈ ਸਕਦੇ ਹੋ। ਇਹਨਾਂ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ, ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਓ ਤਾਂ ਕਿ ਅਸੈਸਮੈਂਟ ਕੀਤੀ ਜਾ ਸਕੇ ਔਰ ਸਹੀ ਚੀਜ਼ਾਂ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ। ਬਹੁਤ ਬਹੁਤ ਥੈਂਕਸ ਅਦਿਤ ਜੀ, ਇਹ ਪੂਰੀ ਇਨਫੋਰਮੇਸ਼ਨ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਤੁਸੀਂ ਅੱਜ ਸਾਂਝੀ ਕੀਤੀ ਹੈ। ਅੱਗੋਂ ਵੀ ਅਸੀਂ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ।